ਸਿਰੇ ਸਾਹਿਬ ਸਵਾਲ ਇਹ ਹੈ ਇਹ ਅਕਸਰ ਸਾਰੀਆਂ ਹੀ ਪਾਰਟੀਆਂ ਦੇ ਵਿੱਚ ਹੁੰਦਾ ਹੁਣ ਇੱਕ ਕੈਂਡੀਡੇਟ ਇੱਕ ਇਲਾਕੇ ਦੇ ਵਿੱਚ ਹੋਏਗਾ ਹਰੇਕ ਪਾਰਟੀ ਦੇ ਦੋ ਦੋ ਤਿੰਨ ਤਿੰਨ ਬੰਦੇ ਹੁੰਦੇ ਹੀ ਹੁੰਦੇ ਆ ਪਰ ਸਵਾਲ ਇਹ ਖੜਾ ਹੁੰਦਾ ਕਿ ਦੋ ਤਿੰਨ ਦੇ ਵਿੱਚੋਂ ਚੁਣ ਲਓ ਤਾਂ ਠੀਕ ਹੈ ਪਰ ਜਦੋਂ ਤੁਸੀਂ ਬਾਹਰੋਂ ਪੈਰਾਸ਼ੂਟ ਰਾਹੀਂ ਚੌਥਾ ਲਿਆ ਕੇ ਕੋਈ ਚੁਣ ਲਓ ਤਾਂ ਉਹਦਾ ਵਿਰੋਧ ਤਾਂ ਹੁੰਦਾ ਹੀ ਹੁੰਦਾ ਪਰ ਮੈਂ ਇਹ ਸਮਝਣਾ ਚਾਹਨਾ ਕਿ ਪਾਰਟੀ ਦੀ ਕੀ ਮਜਬੂਰੀ ਹੈ ਜਿਹੜੇ 13 ਨਾਮ ਇਹਨਾਂ ਨੇ ਗਣਾਏ ਨੇ ਪਾਰਟੀ ਦੀ ਇਹ ਕਿਹੜੀ ਮਜਬੂਰੀ ਤੁਹਾਨੂੰ ਨਜ਼ਰ ਆਉਂਦੀ ਹੈ ਕਿ ਆਪਣੀ ਪਾਰਟੀ ਦਾ ਬੰਦਾ ਨਾ ਲੈ ਕੇ ਦੂਜੀ ਪਾਰਟੀ ਤੋਂ ਆਏ ਬੰਦੇ ਨੂੰ ਉਮੀਦਵਾਰ ਬਣਾਇਆ ਗਿਆ असल च गल यह है जी के ए आम आदमी पार्टी है जिहड़ी ए आपदी आइडियोलॉजी तो भटक चुकी आ। आम आदमी पार्टी सिर्फ अजकल खास पार्टी बन के रह गई आ। और जिस तरह पन्नू साहब ने कहा जिस तरह जैन साहब ने कहा कि इन्हों का सिर्फ ते सिर्फ एक ही मकसद है कि असी किसी ना किसी तरीके पंजाब चो धन इकट्ठा करना है। 2017 च बहुत वड्डे संगीन आरोप लगे दिनेश दुर्गेश पाठक ते लगे ते होरां लीडरां ते भी लगे और अज जिथे जलंधर च हो रहा है जिथे कितें बठिंडे च हो रहा जिथे इन्हां ते कार्यकर्ता जिहड़ा वॉलंटियर है जिन्हें दरियां चक्कियां असी पोस्टर लाए आ जिन्हां ने असी कोई टिकटां दी लड़ाई नहीं टिकटां तां सानूं पहले ही पता सी जदों इन्हां ने हलका इंचार्ज लाए आ कि उन्हां नूं टिकटां क्लीयर हलका इंचार्ज आंदियां हुंदियां। गल तां इत्थे खड़ी है कि जे तुसीं आम आदमी पार्टी कहने हो ते रवायती पार्टियां चों लिया के तुसीं ओह बंदे जिन्हां ने 50-50 साल राज कीता जिन्हां ने आम लोकां नूं उठण नहीं दित्ता जिन्हां ने 3.5 लाख करोड़ का कर्जा पंजाब दी जनता दे सिर जिहड़े लीडरां दी वजह नाल चढ़िया ओह लीडरां नूं लिया के तुसीं आम आदमी पार्टी दे ढांचे च फिट करके कहने हो लोकां नूं इन्हां नूं वोटां पाओ ਉਹਨਾਂ ਨੂੰ ਵੋਟਾਂ ਪਾਉਣ ਦੀ ਥਾਂ ਫਿਰ ਕੀ ਲੋਕ ਰਵਾਇਤੀ ਪਾਰਟੀਆਂ ਨੂੰ ਨਹੀਂ ਵੋਟਾਂ ਪਾ ਦੇਣਗੇ ਔਰ ਕੀ ਲੋਕ ਫਿਰ ਸਿੱਧਾ ਉਹਨਾਂ ਕੋਲ ਨਹੀਂ ਚਲੇ ਜਾਣਗੇ ਸੋ ਇਸ ਕਰਕੇ ਆਮ ਆਦਮੀ ਪਾਰਟੀ ਨੇ ਜਿਹੜਾ ਨਕਾਬ ਹੈ ਆਮ ਆਦਮੀ ਵਾਲਾ ਇਹ ਲੋਕਾਂ 'ਚ ਬੁਰੀ ਤਰ੍ਹਾਂ ਲੈ ਚੁੱਕਿਆ ਇਹ ਇਕੱਲੇ ਸੌਰਵ ਜੈਨ ਬਠਿੰਡਾ ਸੌਰੀ ਪਟਿਆਲਾ ਦਿਹਾਤੀ ਦੀ ਗੱਲ ਨਹੀਂ ਇਹ ਇਕੱਲੇ ਅਮਰਗੜ੍ਹ ਦੀ ਗੱਲ ਨਹੀਂ ਇਹ ਇਕੱਲੇ ਮੋਹਾਲੀ ਦੀ ਗੱਲ ਨਹੀਂ ਇਹ 56-57 ਹਲਕੇ 60 ਹਲਕਿਆਂ ਦੀ ਓਵਰਆਲ ਪੰਜਾਬ ਦੀ ਇਹੀ ਸਿਚੁਏਸ਼ਨ ਆ सिर्फ गल ही नहीं है। ਸਿਰੇ ਸਾਹਿਬ ਇੱਕ ਇੱਕ ਸਵਾਲ ਤਾਂ ਇਹ ਜ਼ਰੂਰ ਖੜਾ ਹੁੰਦਾ ਨਾ ਕੋਈ ਵੀ ਪਾਰਟੀ ਹੋਏਗੀ ਕੋਈ ਵੀ ਪਾਰਟੀ ਜਦੋਂ ਆਪਣਾ ਉਮੀਦਵਾਰ ਖੜਾ ਕਰਦੀ ਹੈ ਉਹ ਜਿੱਤਣ ਲਈ ਉਮੀਦਵਾਰ ਖੜਾ ਕਰਦੀ ਹੈ ਨਾ ਉਹ ਪਾਰਟੀ ਨੇ ਜਿੱਤ ਹਾਸਲ ਕਰਨੀ ਹੈ ਹੁਣ ਜਿਹੜੇ ਤੁਸੀਂ ਕਹਿ ਰਹੇ ਹੋ ਕਿ ਇਹ ਉਮੀਦਵਾਰਾਂ ਦਾ ਪਾਰਟੀ ਦੇ ਨਾਲ ਕੋਈ ਲੈਣਾ ਦੇਣਾ ਨਹੀਂ ਪਾਰਟੀ ਦੀ ਕੋਈ ਸਟਰੈਂਥ ਨਹੀਂ ਕੋਈ ਕਾਡਰ ਨਹੀਂ ਕੋਈ ਵਰਕਰ ਨਹੀਂ ਇਹਨਾਂ ਨਾਲ ਐਡਾ ਵੱਡਾ ਰਿਸਕ ਪਾਰਟੀ ਕਿਉਂ ਲੈਗੀ ਉਸ ਉਮੀਦਵਾਰ ਨੂੰ ਟਿਕਟ ਦੇ ਰਹੀ ਹੈ ਜਿਹੜਾ ਜਿੱਤ ਨਹੀਂ ਸਕਦਾ। ਦੇਖੋ ਇੱਕ ਗੱਲ ਬੜੀ ਕਲੀਅਰ ਹੈ ਇੱਕ ਪਾਸੇ ਆਮ ਪਰਿਵਾਰਾਂ ਦੇ ਨੌਜਵਾਨ ਪਾਰਟੀ ਲਈ ਕੰਮ ਕਰਦੇ ਨੇ ਔਰ ਉਹ ਨੌਜਵਾਨ ਸਰਵੇ ਚ ਆਉਣ ਲਈ ਮਿਹਨਤ ਕਰਨ ਲਈ ਦਿਨ ਰਾਤ ਉਹਨਾਂ ਨੇ ਇੱਕ ਕੀਤਾ ਦੂਸਰੇ ਪਾਸੇ ਇੱਕ ਰਾਤੋ ਰਾਤ ਇੱਕ ਵੱਡੇ ਉਦਯੋਗਪਤੀ ਕੋਈ ਐਜੂਕੇਸ਼ਨ ਮਾਫੀਏ ਨਾਲ ਜੁੜਿਆ ਹੋਇਆ ਕੋਈ ਕਿਸੇ ਮਾਫੀਏ ਨਾਲ ਜੁੜਿਆ ਹੋਇਆ ਕਿਸੇ ਪਾਰਟੀ 'ਚ ਰਿਹਾ ਜਦੋਂ ਰਾਤੋ ਰਾਤ ਤੁਸੀਂ ਉਹਨੂੰ ਲਿਆ ਕੇ ਲੋਕਾਂ ਦੇ ਸਿਰ ਤੇ ਬਿਠਾਓਗੇ ਤਾਂ ਦੋਸ਼ ਤਾਂ ਫਿਰ ਕੁਦਰਤੀ ਗੱਲ ਹੈ ਲੱਗਣੇ ਨੇ ਤੁਹਾਡੇ ਤੇ ਲੋਕਾਂ ਨੇ ਕਹਿਣਾ ਕਿ ਤੁਸੀਂ 17 'ਚ ਕੀਤਾ ਉਹੀ ਇਲਜ਼ਾਮ ਸਾਡੇ ਤੇ ਅੱਜ ਲੱਗ ਰਹੇ ਨੇ ਅਸੀਂ ਕੱਲ ਪੀਸੀ ਕੀਤੀ ਹੈ ਅਸੀਂ ਲੋਕਾਂ ਨੂੰ ਜਗਾਉਣ ਦੀ ਕੋਸ਼ਿਸ਼ ਕੀਤੀ ਹੈ ਅਸਲ ਐਕਚੁਅਲੀ ਗੱਲ ਇੱਥੇ ਵੀ ਘਾਟ ਹੈ ਹਰਪ੍ਰੀਤ ਜੀ ਲੋਕ ਡਰਦੇ ਨੇ ਪਤਾ ਨਹੀਂ ਕਿਸੇ ਕਾਰਨ ਕਰਕੇ ਅਸੀਂ ਉਸ ਪੰਜਾਬ ਦੀ ਮਿੱਟੀ ਦੇ ਵਾਰਿਸ ਹੈ ਅਸੀਂ ਉਸ ਜਰਖੇਜ਼ ਮਿੱਟੀ ਦੇ ਮਾਲਕ ਹੈ ਕਿ ਜਿਹਨੇ ਲੜਨਾ ਸਿਖਾਇਆ ਆਪਣੇ ਹੱਕਾਂ ਅਸੂਲਾਂ ਲਈ ਭ੍ਰਿਸ਼ਟਾਚਾਰ ਦੇ ਖਿਲਾਫ ਅਸੀਂ ਅੱਜ ਜੇ ਨਹੀਂ ਆਵਾਜ਼ ਚੁੱਕਾਂਗੇ ਇਹਨਾਂ ਦਿੱਲੀ ਦੇ ਧਾੜਵੀ ਗੈਂਗਾਂ ਦੇ ਖਿਲਾਫ ਤਾਂ ਫਿਰ ਕੌਣ ਆਵਾਜ਼ ਚੁੱਕੇਗਾ ਕੌਣ ਆਵਾਜ਼ ਬੁਲੰਦ ਕਰੇਗਾ ਇਹਨਾਂ ਕਰਪਟ ਲੋਕਾਂ ਦੇ ਖਿਲਾਫ ਅੱਜ ਪੰਜਾਬ ਦਾ ਬੱਚਾ ਹਰ ਲੋਕ ਹਰ ਵਲੰਟੀਅਰ ਚਾਹੁੰਦੇ ਸੀ ਵੋਟ ਪਾਉਣੀ ਪਰ ਆਮ ਆਦਮੀ ਪਾਰਟੀ ਚਲੋ ਮੈਂ ਇੱਕ ਮਿੰਟ ਆਣਾ ਮੇਰੇ ਨਾਲ ਨੀਲ ਗਰਗ ਸਾਹਿਬ ਜੁੜ ਗਏ ਨੇ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਨੇ ਮੇਰੇ ਨਾਲ ਲਗਾਤਾਰ ਡਿਬੇਟਸ ਦਾ ਹਿੱਸਾ ਵੀ ਬਣਦੇ ਨੇ ਗਰਗ ਸਾਹਿਬ ਮੇਰੀ ਆਵਾਜ਼ ਆ ਰਹੀ ਹੈ सौरभ जैन जिहड़े आम आदमी पार्टी का हिस्सा रहे ने वो पार्टी के खिलाफ हुण बोल रहे ने कि बाहरों उम्मीदवार लिया के खड़े किए जाते हैं पैसे लैके टिकटां दित्तियां जांदियां ने तुहाडा की स्पष्टीकरण है इस ते ਹਰਪ੍ਰੀਤ ਜੀ ਇਹ ਨਿਰਮੂਲ ਨਿਰਦੋਸ਼ ਹੈਗੇ ਨੇ ਜਿਨ੍ਹਾਂ ਦੋਸ਼ਾਂ ਦੇ ਵਿੱਚ ਕੋਈ ਸਚਾਈ ਨਹੀਂ ਹੈਗੀ ਹੈ ਔਰ ਆਮ ਆਦਮੀ ਪਾਰਟੀ ਨੇ ਹਮੇਸ਼ਾ ਤੋਂ ਹੀ ਹੱਕ ਅਤੇ ਸੱਚ ਦੀ ਆਵਾਜ਼ ਬੁਲੰਦ ਕੀਤੀ ਹੈਗੀ ਹੈ ਔਰ ਹਮੇਸ਼ਾ ਤੋਂ ਜਿਹੜੇ ਸਾਡੇ ਵਲੰਟੀਅਰ ਨੇ ਸਰਵੇ ਕਰਾਉਣ ਤੋਂ ਬਾਅਦ ਔਰ ਵਲੰਟੀਅਰਾਂ ਦੇ ਸਲਾਹ ਮਸ਼ਵਰੇ ਤੋਂ ਬਾਅਦ ਜਿਹੜੇ ਉਮੀਦਵਾਰ ਬੈਸਟ ਉਮੀਦਵਾਰ ਉਤਾਰੇ ਗਏ ਹੈਗੇ ਆ ਮੈਦਾਨ ਦੇ ਵਿੱਚ
और जिथों तक टिकटां वेचण दा संबंध है जां इस तरां दे दोष ने इह टोटली जिहड़े हैगे है अच्छा गर्ग साहब सिर्फ दो सवालों का जवाब दे दो मैं एक मिनट बाकी मैं मन भी थोड़ी गल करावगा सौरभ जैन मेरे नाल जुड़े हुए हैं सौरभ जैन ने ओपनली कहा कि मेरे तो 2 करोड़ रुपए फंड मंगे गए और यह कहा गया कि जे तू 2 करोड़ रुपया नहीं दे सकता तो साढ़े को पटियाला दे दूजा कैंडिडेट हैगा जो अकाली दल नाल संबंधित असी उसनों टिकट दे देंगे पहला इल्जाम दूजा इल्जाम यह वड्डा हैगा कि तुसी यह कहा कि असी वक्री पार्टियां असी रवायती पार्टियां मंग नहीं करना दूजिया पार्टियां तो आए हुए आगुओं टिकटां नहीं देंगे असी अपने वलंटियर घट्टो घट 2-3 साल काम करने वाले वलंटियर टिकट देंगे इन्हों को लिस्ट हैगी है 13 उम्मीदवार की जिहड़े किसी होर पार्टी तो आए हैं जिन्होंने सिर्फ 2 महीने ही पार्टी के ज्वाइनिंग की है उन्होंने टिकटां दित्तियां गईं 24 घंटे हाँ जी गर्ग साहब उम्मीदवार ही मिल सकती है और जेडे इस तरह के इल्जाम ने पार्टी के बंदे नु नहीं मिलनी चाहिए गर्ग साहब दूजी पार्टी तो आए बंदे नु क्यों मिलनी चाहिए देखो जिसनु भी जेड़ा हैगा वो पार्टी दा ही नुमाइंदा हैगा आपा ते कहंदे सी कचरा नहीं लेना आपा कहंदे सी कचरा लेना ही नहीं रवायती कचरा तुसी लेना नहीं सी चाहंदे ते अज आ 13 बंदे केड़े ने गर्ग साहब नहीं नहीं सर सर मैं पूछना चाहता हूं कि जिस सर हेलो हाँ बोलो बोलो पार्टी के कैंडिडेट के साथ कल मेरी कंपेयर करी गई मुझे 2-3 करोड़ की दोष दी गई जी जी वो बंदा तो पार्टी में नहीं अभी तक आप बोलते हैं बंदे बोलते हैं टिकट अनाउंस नहीं हुई शेयर की अनाउंस होने से पहले बोल रहा हूं मैं आरोप लगा रहा हूं इन्हें पूछो मेरे से 2-3 करोड़ की उधार पे डिमांड करी गई टिकट अनाउंस नहीं हुई सर अच्छा चलो दूसरी बात मैं एक सवाल और पूछूंगा सर पंजाब में पंजाबी मर गए क्या जेड़े तुम दिल्ली के दलाल ये यहाँ पे लाके बिठा रहे हो राजन चड्ढा दिल्ली के मिल जाए फोन कट दिया चलो आम आदमी पार्टी के कौमी जेडे स्पोक्सपर्सन ने फोन कट